ਸਤਿ ਸ਼੍ਰੀ ਅਕਾਲ ਸਾਰੇ ਨੂੰ। ਕਈ ਲੋਕ ਮੈਨੂੰ ਪੁੱਛਦੇ ਆ ਕਿ ਵੀ ਅਸੀਂ ਟੂਰਿਸਟ ਵੀਜ਼ਾ ਸਾਨੂੰ ਮਿਲ ਗਿਆ ਹੈ, ਆ ਕੇ ਅਸੀਂ ਰਿਫਿਊਜੀ ਫਾਈਲ ਕਰ ਸਕਦੇ ਹਾਂ, ਜਾਂ ਕਿਸੇ ਦਾ ਵੀਜ਼ਾ ਰਿਫਿਊਜ਼ ਹੋ ਗਿਆ, ਜਾਂ ਉਹ ਇਲੀਗਲ ਇੰਟਰ ਕਰ ਗਿਆ, ਜਾਂ ਜਿਹੜੇ ਵੀਜ਼ਾ ਲੈ ਕਰ ਵੀ ਆਏ ਹੋਏ ਆ ਉਹਨਾਂ ਦਾ ਵੀਜ਼ਾ ਐਕਸਪਾਇਰ ਕਰ ਗਿਆ। ਉਹ ਕਹਿੰਦੇ ਸਾਡੇ ਕੋਲ ਤਾਂ ਕੋਈ ਚਾਰਾ ਨਹੀਂ, ਹੁਣ ਤਾਂ ਰਿਫਿਊਜੀ ਫਾਈਲ ਕਰ ਲਈਏ। ਰਿਫਿਊਜੀ ਦੇ ਬਾਰੇ ਅੱਜ ਕੇਸ ਮੈਂ ਤੁਹਾਡੇ ਨੂੰ ਇੱਕ ਸ਼ੋ ਕਰ ਰਿਹਾ ਇੱਥੇ, ਦੇਖੋ 11 ਨਵੰਬਰ ਡੇਟ ਪਾਈ ਲਿਖੀ ਹੋਈ ਹੈ ਸਕਰੀਨ 'ਤੇ। ਦਿਸ ਇਜ਼ ਅ ਵੈਰੀ ਫਰੈਸ਼ ਕੇਸ, ਸਿੰਘ ਵਰਸਿਸ ਕੈਨੇਡਾ, ਅਤੇ ਡਾਕਟ ਨੰਬਰ ਅਤੇ ਫਾਈਲ ਨੰਬਰ ਦਿੱਤਾ ਹੋਇਆ। ਯੂ ਕੈਨ ਗੋ ਐਂਡ ਸਰਚ ਔਨ ਯੋਰ ਗੂਗਲ ਐਂਡ ਤੁਸੀਂ ਆਪਣੇ ਆਪ ਵੀ ਇਹ ਪੜ੍ਹ ਸਕਦੇ ਹੋ, ਦੇਖਦੇ ਹਾਂ ਕੀ ਕੁਛ ਹੈ ਇਹਦੇ ਵਿੱਚ। ਅਤੇ ਮਨਪ੍ਰੀਤ ਸਿੰਘ ਵਰਸਿਸ ਮਿਨਿਸਟਰ ਆਫ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ, ਅਤੇ ਇਨ ਦਿਸ ਐਪਲੀਕੇਸ਼ਨ ਫੋਰ ਜੇ ਆਰ ਮਿਸਟਰ ਮਨਪ੍ਰੀਤ ਸਿੰਘ ਆਸ ਦ ਕੋਰਟ ਟੂ ਸੈਟ ਅਸਾਈਡ ਅ ਡਿਸੀਜਨ ਆਫ ਰੈਡ ਰੈਫਿਊਜੀ ਅਪੀਲ ਡਿਵੀਜ਼ਨ, ਜਿਹੜਾ ਔਗਸਟ 2020 ਵਿੱਚ ਹੋਇਆ ਸੀ ਕਿ ਉਹਨਾਂ ਨੇ ਡਿਨਾਈ ਹੋ ਗਿਆ ਸੀ ਇਹਨਾਂ ਦਾ ਕਨਵੈਨਸ਼ਨ ਰੈਫਿਊਜੀ। ਅਤੇ ਮਨਪ੍ਰੀਤ ਸਿੰਘ ਕਹਿ ਰਹੇ ਕਿ ਵੀ ਇਹ ਉਸ ਜਜਮੈਂਟ ਨੂੰ ਤੁਸੀਂ ਭਰੇ ਕਰ ਦਿਉ, ਤੁਸੀਂ ਦੁਬਾਰਾ ਸਾਨੂੰ ਰਿਫਿਊਜੀ ਦਾ ਸੁਣਵਾਈ ਕਰੋ, ਰਿਫਿਊਜੀ ਡਿਟਰਮਿਨ ਕਰੋ। ਅਤੇ ਦ ਰੀਜ਼ਨ ਵਾਟ ਵਾਜ਼ ਦ ਰੀਜ਼ਨ ਰਿਫਿਊਜ਼ਲ ਕਿਉਂ ਹੋਇਆ, ਕਿਉਂਕਿ RAD ਰੈਡ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਇਹਨਾਂ ਕੋਲ ਇੰਟਰਨਲ ਫਲਾਈਟ ਆਲਟਰਨੇਟਿਵਸ ਅਵੇਲੇਬਲ ਹੈ। ਅਗਰ ਇੰਡੀਆ ਇਹਨਾਂ ਨੂੰ ਪ੍ਰੋਬਲਮ ਹੈ ਤਾਂ ਇੰਡੀਆ ਵਿੱਚ ਵੀ ਇੱਕ ਸਥਾਨ ਤੋਂ ਜੇ ਦੂਸਰੇ ਸਥਾਨ ਜਾ ਸਕਦੇ, ਜੇ ਪੰਜਾਬ ਪ੍ਰੋਬਲਮ ਹੈ ਤਾਂ ਪੰਜਾਬ ਤੋਂ ਹੀ ਕੈਨ ਗੋ ਟੂ ਮੁੰਬਈ ਜਾਂ ਸਮਥਿੰਗ ਵਟ ਐਵਰ। ਸੋ ਇਸ ਕਰਕੇ ਇਹਨਾਂ ਨੇ ਇਹ ਦਲੀਲ ਦਿੱਤੀ ਹੈ, ਲੇਕਿਨ ਦਲੀਲ ਜੱਜ ਨੇ ਮੰਨੀ ਨਹੀਂ। ਆਓ ਦੇਖਦੇ ਹਾਂ ਥੋੜ੍ਹਾ ਬਹੁਤ ਕਿ, ਕਿਉਂਕਿ ਕੇਸ ਬਹੁਤ ਲੰਬਾ, ਮੈਂ ਸਾਰਾ ਪੜ੍ਹਨਾ ਨਹੀਂ, ਲੇਕਿਨ ਆ ਜਸਟ ਬੇਸਿਕ ਗੱਲਾਂ ਦੇਖ ਲੈਂਦੇ ਆ। ਨੰਬਰ 3, ਮਿਸਟਰ ਸਿੰਘ ਇਜ਼ ਦ ਸਿਟੀਜ਼ਨ ਆਫ ਇੰਡੀਆ, ਹੀ ਅਰਾਈਵਡ ਇਨ ਕੈਨੇਡਾ ਔਨ ਅਗਸਤ 10, 2014। ਅੱਛਾ, 7 ਈਅਰਸ ਹੋ ਗਏ। ਕਲੇਮ ਰੈਫਿਊਜੀ ਪ੍ਰੋਟੈਕਸ਼ਨ ਔਨ ਅਕਟੂਬਰ 2, 2014। ਡੈਟ ਮੀਨਸ ਕਿ 2 ਮਹੀਨੇ ਵਿੱਚ ਹੀ ਕਰਦੇ ਇਹਨਾਂ ਨੇ, ਆਉਂਦੇ ਹੀ ਸਾਰਿਆਂ ਨੇ ਰੈਫਿਊਜੀ ਲਾਤੀ। ਮਿਸਟਰ ਨੰਬਰ 4, ਮਿਸਟਰ ਸਿੰਘ ਕਲੇਮ ਡੈਟ ਹੀ ਵੁੱਡ ਬੀ ਪਰਸੀਕਿਊਟਿਡ ਔਨ ਰਿਟਰਨ ਟੂ ਇੰਡੀਆ ਬਿਕੋਜ਼ ਹੀ ਇਜ਼ ਅ ਸਪੋਰਟ ਆਫ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਪੋਲੀਟੀਕਲ ਪਾਰਟੀਜ਼ ਹੋਮ ਸਟੇਟ ਪੰਜਾਬ। ਮਿਸਟਰ ਸਿੰਘ ਫਾਦਰ ਵਾਜ਼ ਅ ਪ੍ਰੋਮੀਨੈਂਟ ਮੈਂਬਰ ਆਫ ਸੈਟ ਐਂਡ ਐਕਟਿਵਿਸਟ ਹੂ ਗੇਵ ਪਬਲਿਕ ਸਪੀਚਸ ਬਿਹਾਫ ਆਫ ਪਾਰਟੀ ਫੋਰ ਮੈਨੀ ਈਅਰਸ ਇਨ ਦ ਰੈਫਿਊਜੀ ਕਲੇਮ। ਮਿਸਟਰ ਸਿੰਘ ਕਹਿੰਦੇ ਕਿ ਵੀ ਅਸੀਂ ਇਨਵੋਲਵ ਹੋਏ ਹਾਂ ਇਸ ਪਾਰਟੀ ਦੇ ਵਿੱਚ ਐਜ਼ ਅ ਵਾਲੰਟੀਅਰ ਸਿੰਸ ਅਗਸਤ 2012, ਅ ਰੋਲ ਵਿੱਚ ਅਸਿਸਟ ਫਾਦਰ ਵਾਲੰਟੀਅਰ ਐਟ ਪੋਲੀਟੀਕਲ ਇਵੈਂਟਸ ਐਂਡ ਹੈਲਪ ਔਰਗਨਾਈਜ਼ ਮੀਟਿੰਗਸ ਐਂਡ ਰੈਲੀ। ਇਹ ਕਹਾਣੀ ਇਹਨਾਂ ਨੇ ਪਤਾ ਨਹੀਂ ਆਪਣੇ ਆਪ ਲਿਖੀ ਹੈ, ਕਿਸੇ ਲੋਰ ਨੇ ਲਿਖੀ ਹੈ। ਇਹ ਪੁਰਾਣੇ ਇਸ ਤਰ੍ਹਾਂ ਦੀ ਕਹਾਣੀ ਹੈ ਨਾ, ਉਹ ਚੱਲਦੀ ਸੀ ਅੱਜ ਤੋਂ 20 ਸਾਲ ਪਹਿਲਾਂ ਇਨ ਕੈਨੇਡਾ। ਮੋਨਟਰੀਅਲ ਵਿੱਚ ਕਈ ਲੋਕ ਆਏ ਪੱਕੇ ਹੋਏ ਆ, ਅਤੇ ਅਰਾਊਂਡ 15-20 ਈਅਰਸ ਇਹ ਸਾਰਾ ਇੱਕ ਮੌਸਮ ਬਾਹਰ ਚੱਲਦੀ ਸੀ ਕਿ ਵੀ ਆਓ ਜੀ ਰਿਫਿਊਜੀ ਲਾਓ, ਕਹਾਣੀਆਂ ਲਿਖ ਕਰ। ਅੱਜ ਕੱਲ੍ਹ ਇਹ ਹੋਏਗਾ ਨਹੀਂ ਹੋਏਗਾ, ਵਿਚ ਇਸ ਅਫਕੋਰਸ ਦਿਸ ਕੇਸ ਵਿਲ ਟੈਲ ਯੂ ਕਿ ਕਿਸ ਤਰ੍ਹਾਂ ਹੋਇਆ। ਨੰਬਰ 5 ਦੇਖਦੇ ਹਾਂ, ਮਿਸਟਰ ਸਿੰਘ ਬੇਸਡ ਇਸ ਕਲੇਮ ਫੋਰ ਰੈਫਿਊਜੀ ਪ੍ਰੋਟੈਕਸ਼ਨ ਔਨ 2 ਇਵੈਂਟਸ। ਫਸਟ ਅਕਰਡ ਔਨ ਜਨਵਰੀ 2013 ਐਟ ਹਿਸ ਪੇਰੈਂਟਸ ਹੋਮ। ਲੰਬੀ ਕਹਾਣੀ ਹੈ, ਲਾਈਕ ਯੂ ਨੋ ਅਟੈਕ ਹੋਇਆ, ਫਲਾਣਾ ਹੋਇਆ। ਆਈ ਡੋਂਟ ਵਾਂਟ ਟੂ ਵੇਸਟ ਟਾਈਮ ਰੀਡਿੰਗ ਆਲ ਦਿਸ, ਤੁਸੀਂ ਆਪਣੇ ਆਪ ਪੜ੍ਹ ਸਕਦੇ ਇਸ ਚੀਜ਼ ਨੂੰ। ਆਹ ਦੇਖੋ ਮਿਸਟਰ ਸਿੰਘ ਵੀ ਕਿਹਾ, ਦੇ ਪਰਸਨਸ ਹੂ ਇਨਵੇਟਡ ਹਿਸ ਪੇਰੈਂਟਸ ਹੋਮ ਅਟੈਕਸ ਹਿਸ ਫੈਮਿਲੀ। ਸੋ ਕਾਫੀ ਕੁਛ ਹੋਇਆ ਇਹਨਾਂ ਨੇ। So let us go here, let me just go back to here and number 9, he did so in August 2014, he arrived in Canada on August 10, 2014. ਇਹਦੇ ਵਿੱਚ ਇਹ ਲਿਖਿਆ ਨਹੀਂ ਕਿ ਉਹਨਾਂ ਕੋਲ ਵੀਜ਼ਾ ਕਿੱਥੋਂ ਆਇਆ, ਹਾਊ ਡਿਡ ਗੈਟ ਇਜ਼ ਵੀਜ਼ਾ, ਔਰ ਹੀ ਕੇਮ ਔਨ ਡਿਫਰੈਂਟ ਡਾਕੂਮੈਂਟਸ, ਬਟ ਰਿਫਿਊਜੀ ਸਟੇਟਸ ਫਾਈਲ ਕਰ ਲਿਆ ਇਹਨਾਂ ਨੇ 2014। Number 10, since arriving in Canada, Mr. Singh has learned that police are looking for him in India. He advised that if RPGRC is a result of allegations made by the opposition political party, the police falsely accused him of joining the militants, quote-unquote militants, and threatening to kill members of the opposition. So, is tarah karke hoya sara, and blah, 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 blah. You know, that's all. That's a big story. I don't want to spend time reading on the story, but ithe dekho number 15. Both the RPD and RAD, Refugee Protection Division and Refugee Appeal Division, rejected his claim for refugee protection. RPD and RAD concluded that Mr. Singh had an internal flight alternative. Internal flight alternative matlab ek likha bhi hai, Mumbai, Kolkata, New Delhi, ke je agar tuhanu ek sthan problem, Punjab problem hai, te tusi bhaj ke tusi Mumbai chale jao, ya Kolkata chale jao, Delhi chale jao, jithe marzi ja ke tusi loke apna utthe reh sakde ho apna. So ਜੇ ਆਰ ਵਿੱਚ ਇਹਨਾਂ ਨੇ ਅਪੀਲ ਜਿਹੜੇ ਕਰ ਰਹੇ ਹੈ, ਸਿੰਘ ਕਹਿ ਰਹੇ ਕਿ ਵੀ ਇਹ ਜਿਹੜਾ ਇੰਟਰਨਲ ਫਲਾਈਟ ਆਲਟਰਨੇਟਿਵ ਦੀ ਗੱਲ ਕੀਤੀ ਹੈ, ਠੀਕ ਨਹੀਂ ਹੈ, ਅਨਰੀਜ਼ਨੇਬਲ ਹੈ, ਇਹਨੂੰ ਤੁਸੀਂ ਪਾਸੇ ਕਰ ਦਿਓ, ਮੈਨੂੰ ਰੈਫਿਊਜੀ ਕਰ ਦਿਓ ਕਿਉਂਕਿ ਮੈਂ ਰੈਫਿਊਜੀ ਹਾਂ। ਦੇਰ ਇਜ਼ ਅ ਲੋਂਗ ਡਿਸਕਸ਼ਨ ਆਫ ਸਟੈਂਡਰਡ ਐਂਡ ਰਿਵਿਊ, ਪੁਰਾਣੇ ਕੇਸਿਸ ਦਾ ਹਵਾਲਾ ਵੀ ਕੀਤਾ ਇਹਨਾਂ ਨੇ। ਇੱਕ ਆਹ ਕੇਸ ਹੈ, ਤੁਸੀਂ ਪੜ੍ਹਨਾ ਹੈ ਤਾਂ ਪੜ੍ਹ ਸਕਦੇ ਹੋ, ਰਸਤ ਰਤਨਮ ਵਰਸਿਸ ਕੈਨੇਡਾ, ਇਹਦੇ ਵਿੱਚ ਵੀ ਇਹੀ ਸੇਮ ਅਪੀਲ, ਸਿਮਿਲਰ ਅਪੀਲ ਇਹਨਾਂ ਨੇ ਲਾਈ ਸੀ ਕਿ ਵੀ ਇੰਟਰਨਲ ਫਲਾਈਟ ਅਲਟਰਨੇਟਿਵ ਹੈ ਕਿ ਨਹੀਂ ਹੈ। ਸੋ ਉਹ ਵੀ ਤੁਸੀਂ ਪੜ੍ਹ ਸਕਦੇ ਹੋ। ਬਾਕੀ ਤੁਸੀਂ ਇਹ ਦੇਖ ਲਓ ਕਿ
let me just not spend too much time in reading the analysis. The conclusion is very clear. Let me just jump to the conclusion. Show me here. Here you go. And there's the first prong and second prong cases. Okay, let's go back to your number 45. I conclude the applicant has not demonstrated that the RED decision unreasonable application must thus be must be therefore dismissed. Pretty much it's a gone case. So I get a lot of people who ask me कि भाई भाजी साडा जरा खत्म हो गया, जरा स्टडी वीज़ा खत्म हो गया, स्टडी परमिट खत्म हो गया, वर्क परमिट खत्म हो गया जी, मैं तो कितने दिन ही रह गया, मैं जी मेरे को होर कोई ऑप्शन नहीं है। मैं कहा फिर मैनू जी मेरे वकील ने कहा है जी तुसी रेफ्यूजी पा दो जी। मैं कहा अच्छा रेफ्यूजी तुहाड़ी कहानी कहानी तो कोई है नहीं, जब बना लेंगे कोई कर लेंगे। आई से यू नो दिस इज़ नॉट अ जोक कि कहानी तुसी बना लोगे। वी नीड एविडेंस, वी नीड प्रॉपर ट्रूथफुलनेस कि तुहाड़े कोल कुछ है। अगर जे तो ऑलरेडी तुसी स्टडी वीज़ा लेकर पहुंचे हुए सी ऐसे उस वक्त तुहानू प्रॉब्लम नहीं सी पंजाब, या तुसी होर कोई वीज़ा अप्लाई करते सी टूरिस्ट उस वक्त तुहानू प्रॉब्लम नहीं। हुण तुसी इत्थे आ के जे तुहाडे सारे ऑप्शन खत्म हो गए, 2 साल 3 साल 4 साल लंघ चुके हैं, तो तुसी हुण कहिंदे हो कि मैनू प्रॉब्लम खड़ी हो गई जी, उत्थे कुछ मैनू कोई गोली मार देगा जे फलाना जी, मैनू मौत का खतरा है। तो फिर इस तरह दे तुसी दलील देन भी तुसी तैयार हो कि नहीं जी उत्थे जी अगर प्रॉब्लम है पंजाब पुलिस सानू फड़ लेगी जी, कैप्चर कर लेगी। तो मैं क्या कि फिर ओके सो गो टू गोवा, उत्थे त्रिवेंद्रम केरला जाके रह लो, मेघालय सिक्किम उत्थे जाके रह लो। नहीं जी उत्थे तो नहीं रहना जी, असी तो रहना कनेडा ही है। सो भाई एक केस तुहानू सिखा रहा, तुहानू सिक्ख्या दे रहा है कि भाई इस तरह की दलील नहीं चलनी। सो इस करके मैं तुहानू एक केस शो कर रहा सी कि भाई तुसी केस नू पढ़ लो। ठीक है, जे अगर आज स्क्रीन पे फिर मैं उदा पूरा नाम दस रहा, पूरा उदा फाइल नंबर साइटेशन नंबर सारा दस रहा, तुसी इस इनू कैप्चर कर लो, नोट कर लो, ते जाके अपने कंसल्टेंट वकील नू पुछो कि भाजी आ केस मैनू पढ़ के दसो कि मेरा केस एवे सॉल्व हो सकता है कि नहीं, कि आही दलील अगर जे तुसी अगर जे अगर यूज़ कर रही ते फिर ते कोई गुंजाइश ते बचदी नहीं है प्रोपोजल दी। सो इट इज़ वेरी इंपॉर्टेंट टू अंडरस्टैंड द लॉ कि अज कोर्ट का की इंटरप्रिटेशन है केसिस के बारे, ते ये मेरे केस ते ढुकदा है कि नहीं है, कामयाब होएगा नहीं होगा। सो दिस इज समथिंग दैट माय पर्पस वाज टू ब्रिंग द केस। ते थैंक यू वेरी मच। जरूर अपने कमेंट्स लिखा करो, मैं जवाब तो नहीं दे सकता लेकिन पढ़ता जरूर है, भावें तुसी मैनू क्रिटिसाइज करो नहीं है, मैं कमेंट्स जरूर पढ़ता है। ते अगर जे केस पसंद आया कुछ, अगर कुछ सीखने को मिले तो जरूर मैनू ईमेल लिख सकते हो। थैंक यू वेरी मच।